ਬ੍ਰੇਲ ਸਲੇਟ, ਛੂਹਣ ਵਾਲੀ ਸਲੇਟ। ਇਹ ਸਲੇਟ ਉਹਨਾਂ ਲਈ ਬਹੁਤ ਵਧੀਆ ਹੈ ਜੋ ਦੇਖ ਨਹੀਂ ਸਕਦੇ। ਬਣਾਉਣ ਲਈ ਸਮੱਗਰੀ, ਉੱਨ, ਕੈਂਚੀ, ਰਬੜ ਤੁਲੀ, ਪੈਨ, ਫਿਲਮ ਕੈਨ, ਸਾਈਕਲ ਦੀ ਤਾਰ, ਗੂੰਦ, ਗੱਤਾ, ਵੈਲਕਰੋ। ਇੱਕ ਸਖ਼ਤ ਗੱਤੇ ਦੇ ਟੁਕੜੇ ਉੱਪਰ ਗੂੰਦ ਨਾਲ ਵੈਲਕਰੋ ਦੀਆਂ ਫੁੱਕ ਵਾਲੀਆਂ ਪੱਟੀਆਂ ਚਿਪਕਾਓ। ਤੁਹਾਡੀ ਡਰਾਇੰਗ ਸਲੇਟ ਤਿਆਰ ਹੈ। ਇੱਕ ਫਿਲਮ ਰੋਲ ਵਾਲੀ ਡੱਬੀ ਦੇ ਹੇਠਲੇ ਸਿਰੇ ਤੇ ਪੈਨ ਜੋੜਨ ਲਈ ਇੱਕ ਛੇਕ ਕਰੋ। ਇਸ ਦੇ ਮੂੰਹ ਕੋਲ ਵੀ ਆਰ ਪਾਰ ਛੇਕ ਕਰੋ। ਇਸ ਦੇ ਇੱਕ ਪਾਸੇ ਤੇ ਛੇਕ ਦੇ ਉੱਤੇ ਵੀ ਆਕਾਰ ਦਾ ਕੱਟ ਲਗਾਓ। ਰਬੜ ਦੀ ਪੁਲੀ ਬਣਾਓ ਅਤੇ ਸਾਈਕਲ ਦੀ ਤਾਰ ਦੀ ਜ਼ੈਡ ਆਕਾਰ ਦੀ ਕਰੈਂਕ ਬਣਾ ਕੇ ਰਬੜ ਪੁਲੀ ਵਿੱਚ ਫਸਾਓ। 3 ਫੁੱਟ ਲੰਬੇ ਉੱਨ ਦੇ ਟੁਕੜੇ ਨੂੰ ਇੱਕ ਸਿਰੇ ਤੋਂ ਪੁਲੀ ਨਾਲ ਬੰਨੋ। ਪੈਨ ਦੇ ਪਿਛਲੇ ਪਾਸੇ ਛੇਕ ਕਰ ਦਿਓ ਅਤੇ ਇਸ ਨੂੰ ਫਿਲਮ ਰੋਲ ਵਾਲੀ ਡੱਬੀ ਦੇ ਹੇਠਲੇ ਛੇਕ ਵਿੱਚ ਫਸਾਓ। ਪੈਨ ਦੇ ਅੰਦਰੋਂ ਉੱਨ ਦਾ ਧਾਗਾ ਲੰਘਾ ਦਿਓ। ਪੈਨ ਨੂੰ ਥੋੜਾ ਹੋਰ ਖਿੱਚ ਲਓ। ਕਰੈਂਕ ਨੂੰ ਡੱਬੀ ਦੇ ਉੱਪਰਲੇ 2 ਛੇਕਾਂ ਵਿੱਚ ਫਸਾਓ। ਪੈਨ ਮੱਛੀ ਫੜਨ ਵਾਲੇ ਕਾਂਟੇ ਦੀ ਤਰ੍ਹਾਂ ਕੰਮ ਕਰੇਗਾ। ਕਰੈਂਕ ਨੂੰ ਘੁਮਾਉਣ ਤੇ ਉੱਨ ਪੁਲੀ ਉੱਤੇ ਲਪੇਟੀ ਜਾਵੇਗੀ। ਉੱਨ ਦੇ ਦੂਜੇ ਖੁੱਲ੍ਹੇ ਸਿਰੇ ਤੇ ਮੋਟੀ ਗੰਢ ਬੰਨੋ ਤਾਂ ਜੋ ਇਹ ਪੈਨ ਵਿੱਚੋਂ ਨਿਕਲ ਨਾ ਜਾਵੇ। ਕਰੈਂਕ ਨੂੰ ਉੱਨ ਨਾਲ ਪੂਰੀ ਤਰ੍ਹਾਂ ਪੁਲੀ ਦੇ ਉੱਤੇ ਲਪੇਟ ਦਿਓ। ਇਸ ਪੈਨ ਨਾਲ ਵੈਲਕਰੋ ਵਾਲੀ ਸਲੇਟ ਤੇ ਕਿਸੇ ਜਾਨਵਰ ਦਾ ਚਿੱਤਰ ਬਣਾਓ। ਉੱਨ ਵੈਲਕਰੋ ਉੱਪਰ ਚਿਪਕਦੀ ਜਾਂਦੀ ਹੈ ਤੇ ਤੁਸੀਂ ਆਪਣੀ ਮਨਭਾਉਂਦੀ ਡਰਾਇੰਗ ਬਣਾ ਸਕਦੇ ਹੋ। ਉਹਨਾਂ ਨੂੰ ਫਿਰ ਲਪੇਟ ਕੇ ਕੁਝ ਹੋਰ ਬਣਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਇਸ ਨਾਲ ਕਈ ਵਧੀਆ ਫੁੱਲ ਅਤੇ ਹੋਰ